ਹਰਾਮ ਦੇ ਅਸੀਂ ਉਧਾਲੀ ਹੋਈ ਮਾਂ ਦੀ ਕੁੱਖ ਤੋਂ ਜੰਮਣ ਵਾਲੇ ਹਰਾਮ ਦੇ ਧੀਆਂ ਪੁੱਤਰ ਉਸ ਮਾਂ ਦੇ ਜਿਹਨੂੰ ਇੱਕ ਵਡੇਰਾ ਆਪਣੀ ਟੌਰ ਵਧਾਉਣ ਲਈ ਅਤੇ ਆਪਣੀ ਅਨਾ ਨੂੰ ਤਸੱਲਾ ਦੇਣ ਲਈ ਉਧਾਰ ਲਿਆਇਆ। ਮੁੜ ਇੱਕ ਦਿਨ ਚੁੱਪ ਚਪੀਤੇ ਕੰਨੀ ਖਿਸਕਾ ਕੇ ਹਮੇਸ਼ ਲਈ ਗਾਇਬ ਹੋ ਗਿਆ ਅਤੇ ਸਾਡੀ ਮਾਂ ਅਜੇ ਤੀਕ ਉਹਦੇ ਸੰਗੀਆਂ ਸਾਥੀਆਂ ਦੀ ਹਵਸ ਦਾ ਨਿਸ਼ਾਨਾ ਬਣ ਰਹੀ ਏ ਅਤੇ ਹਰਾਮ ਦੇ ਧੀਆਂ ਪੁੱਤਰ ਜੰਮ ਰਹੀ ਏ। ਪਰ ਸਾਡੀ ਮਾਂ ਦਾ ਅਸਲੀ ਖਾਵਨ ਸਾਡਾ ਪਿਓ ਕਦ ਕੂਕ ਰਵਾਲ ਸੁਣੇਗਾ, ਕਦ ਬੋੜੇਗਾ, ਕਦ ਬੋੜੇਗਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ।